ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਹੁਣ ਲੱਚਰ ਗੀਤ ਨਹੀਂ ਗਾਏਗੀ। ਜੀ ਹਾਂ, ਸੁਨੰਦਾ ਸ਼ਰਮਾ ਵੱਲੋਂ ਇਹ ਫੈਸਲਾ ਪੰਡਿਤ ਰਾਓ ਧਰਨੇਵਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਲਿਆ ਗਿਆ। ਦੱਸ ਦਈਏ ਕਿ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਧਰਨੇਵਰ ਲਗਾਤਾਰ ਲੱਚਰ ਗਾਇਕੀ ਅਤੇ ਲੱਚਰ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਡਟੇ ਹੋਏ ਨੇ, ਜਿਨ੍ਹਾਂ ਵੱਲੋਂ ਲਗਾਤਾਰ ਗੀਤਕਾਰਾਂ ਅਤੇ ਗਾਇਕਾਂ ਨੂੰ ਲੱਚਰ ਗੀਤ ਲਿਖਣ ਅਤੇ ਗਾਉਣ ਬਦਲੇ ਪੰਜਾਬੀ ਸੱਭਿਆਚਾਰ ਤੋਂ ਮੁਆਫ਼ੀ ਮੰਗਣ ਲਈ ਕਿਹਾ ਜਾ ਰਿਹਾ ਹੈ। ਇਸੇ ਤਰ੍ਹਾਂ ਹੁਣ ਸੁਨੰਦਾ ਸ਼ਰਮਾ ਵੱਲੋਂ ਪੰਡਿਤ ਰਾਓ ਨਾਲ ਮੁਲਾਕਾਤ ਕੀਤੀ ਗਈ, ਜਿਸ ਤੋਂ ਬਾਅਦ ਉਹਨਾਂ ਨੇ ਜਿੱਥੇ ਆਪਣੇ ਚਲੰਤ ਗੀਤ ਨੂੰ ਲੈ ਕੇ ਪੰਜਾਬੀ ਸੱਭਿਆਚਾਰ ਪਾਸੋਂ ਮੁਆਫ਼ੀ ਮੰਗੀ, ਉੱਥੇ ਹੀ ਅਗਾਂਹ ਤੋਂ ਅਜਿਹੇ ਗੀਤ ਗਾਉਣ ਤੋਂ ਤੋਬਾ ਵੀ ਕੀਤਾ। ਸੁਨੰਦਾ ਸ਼ਰਮਾ ਵੱਲੋਂ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਮੈਂ ਸੁਨੰਦਾ ਸ਼ਰਮਾ ਅੱਜ ਮਿਤੀ 21/4/2019 ਨੂੰ ਪੰਜਾਬੀ ਮਾਂ ਬੋਲੀ ਦੇ ਅਲੰਬਰਦਾਰ ਪੰਡਿਤ ਧਰਨੇਵਰ ਰਾਓ ਜੀ ਨੂੰ ਮਿਲੀ, ਜਿਸ ਵਿੱਚ ਪੰਜਾਬੀ ਮਾਂ ਬੋਲੀ ਸੰਗੀਤ ਅਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਨੂੰ ਲੈ ਕੇ ਗੰਭੀਰ ਵਿਚਾਰਾਂ ਹੋਈਆਂ। ਪਿਛਲੇ ਸਮੇਂ ਜੋ ਮੇਰੇ ਵੱਲੋਂ ਚਲੰਤ ਗੀਤ ਜਿਸ ਨੂੰ ਲੈ ਕੇ ਪੰਡਿਤ ਜੀ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਸ਼ਿਕਵਾ ਜ਼ਾਹਿਰ ਕੀਤਾ ਗਿਆ ਸੀ ਨੂੰ ਧਿਆਨ 'ਚ ਰੱਖਦਿਆਂ ਭਵਿੱਖ 'ਚ ਚੰਗੇ ਗੀਤ ਗਾਉਣ ਦੀ ਵਚਨਬੱਧਤਾ ਦੁਹਰਾਉਂਦੀਆਂ, ਪਟਾਕੇ ਗੀਤ ਨੂੰ ਲੈ ਕੇ ਹੋਈ ਕੁਤਾਹੀ ਲਈ ਜੇਕਰ ਕਿਸੇ ਦੇ ਮਨ ਨੂੰ ਠੇਸ ਲੱਗੀ ਹੋਵੇ ਤਾਂ ਉਸਦੀ ਖਿਮਾ ਮੰਗਦੀਆਂ। ਮੈਂ ਦੱਸਣਾ ਚਾਹੁੰਦੀ ਹਾਂ ਕਿ ਮੇਰਾ ਹਰੇਕ ਧਰਮ ਸੱਭਿਆਚਾਰ ਪ੍ਰਤੀ ਅਥਾਹ ਸਤਿਕਾਰ ਹੈ ਅਤੇ ਮੈਂ ਇੱਕ ਔਰਤ ਹੁੰਦਿਆਂ ਹਰੇਕ ਤਰ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੀ ਹਾਂ। ਅੱਜ ਸਤਿਕਾਰਯੋਗ ਪਿੰਕੀ ਧਾਲੀਵਾਲ, ਗੁਰਪਾਲ ਸਿੰਘ ਅਤੇ ਕੁਲਦੀਪ ਲੋਹਟ ਦੀ ਮੌਜੂਦਗੀ 'ਚ ਸੱਭਿਆਚਾਰਕ, ਪਰਿਵਾਰਕ ਅਤੇ ਗੁਰੂ ਪਾਤਸ਼ਾਹ ਦੀਆਂ ਉਪਮਾ ਕਰਦੀਆਂ ਰਚਨਾਵਾਂ ਰਿਕਾਰਡ ਕਰਵਾਉਣ ਦਾ ਸੰਕਲਪ ਦ੍ਰਿੜ ਕਰਦੀ ਹਾਂ। ਸੁਨੰਦਾ ਸ਼ਰਮਾ। ਸੋ ਪੰਡਿਤ ਰਾਓ ਲਗਾਤਾਰ ਉਹਨਾਂ ਗੀਤਕਾਰਾਂ ਅਤੇ ਗਾਇਕਾਂ ਖਿਲਾਫ਼ ਡਟੇ ਹੋਏ ਨੇ ਜਿਹੜੇ ਪੰਜਾਬੀ ਸੱਭਿਆਚਾਰ ਦੀ ਝੋਲੀ ਵਿੱਚ ਲੱਚਰ ਗਾਇਕੀ ਅਤੇ ਗੀਤਕਾਰੀ ਪਰੋਸ ਰਹੇ ਨੇ। ਇਹ ਇੱਕ ਚੰਗਾ ਕਦਮ ਹੈ ਅਤੇ ਲੋਕਾਂ ਵੱਲੋਂ ਇਸ ਕਦਮ ਦੀ ਸਰਾਹਨਾ ਵੀ ਕੀਤੀ ਜਾ ਰਹੀ ਹੈ। ਸੋ ਇੱਥੇ ਵੀ ਦੱਸ ਦਈਏ ਕਿ ਗਾਇਕਾ ਸੁਨੰਦਾ ਸ਼ਰਮਾ ਵੱਲੋਂ ਪੰਜਾਬੀ ਸੱਭਿਆਚਾਰ ਪਾਸੋਂ ਮੁਆਫ਼ੀ ਮੰਗ ਕੇ ਵੱਡਾ ਦਿਲ ਵੀ ਦਿਖਾਇਆ ਗਿਆ। ਇਸ ਦੇ ਨਾਲ ਪੰਜਾਬੀਆਂ ਦੇ ਦਿਲਾਂ ਵਿੱਚ ਸੁਨੰਦਾ ਸ਼ਰਮਾ ਪ੍ਰਤੀ ਹੋਰ ਵੀ ਪਿਆਰ ਅਤੇ ਸਤਿਕਾਰ ਜ਼ਰੂਰ ਵਧੇਗਾ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।